एक सिख मिनोरिटी कम्युनिटी के लिए अलग है और दूसरे लोगों के लिए अलग है तो मैं समझता हूँ कि दविंदर सिंह भुल्लर के बमकांड की जिसकी बात करते हैं उसके खिलाफ 100 से ज़्यादा 130 सौ बत्तीस पेश हुए लेकिन किसी ने भी दविंदर सिंह भुल्लर को दोषी नहीं माना है और दविंदर सिंह भुल्लर की सेल्फ कन्फेशन के ऊपर जबकि चीफ सुप्रीम कोर्ट के चीफ जस्टिस ने जो नोट दिया था वो उसको फांसी नहीं दे रहे थे लेकिन कोई विटनेस ना होने के बावजूद भी सेल्फ कन्फेशन के ऊपर जो कि मैं समझता हूँ कि अंडर प्रेशर होता है अंडर ड्यूरेस होता है और जो जोर जबरदस्ती से पुलिस करवाती है उसके उसको मानते हुए उस एविडेंस को मानते हुए जो सजा दी है ये हमारे लिए बहुत अफसोसनाक बात है और देखिए दूसरी बात यह है जो कानून की बात है कि दूसरा कानून किसके लिए है हजारों सिखों का कत्लेआम किया गया उन्नीस में आज उसको तकरीबन 28 साल हो गए हजारों लोगों का कत्लेआम हिंदुस्तान दुनिया की सबसे बड़ी डेमोक्रेसी हिंदुस्तान की सबसे बड़ी डेमोक्रेसी की कैपिटल में राजधानी में और राजधानी की गलियों में शरेआम मैनेज करके प्लैंड करके कत्लेम किया गया लोगों को गलों में टायर डाल के जला दिया गया जिंदा जला दिया गया कत्ल कर दिया गया करोड़ों रुपए की प्रॉपर्टी लूट ली गई ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੁਰਿੰਦਰ ਜੁੜੇ ਹੋਏ ਨੇ ਨਿਊਜ਼ ਰੂਮ ਤੋਂ ਸੁਰਿੰਦਰ ਹੁਣੇ-ਹੁਣੇ ਤੁਸੀਂ ਸੁਣਿਆ ਕਿ ਅਵਤਾਰ ਸਿੰਘ ਮੱਕੜ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਹੈ ਕਿ ਕੋਈ ਐਵੀਡੈਂਸ ਜਿਹੜੇ ਨੇ ਜਿਹੜੇ ਅੰਡਰ ਪ੍ਰੈਸ਼ਰ ਐਵੀਡੈਂਸ ਦੇ ਆਧਾਰਾਂ ਤੇ ਇਹ ਸਜ਼ਾ ਸੁਣਾਈ ਗਈ ਹੈ ਸੈਲਫ ਕਨਫੈਸ਼ਨ ਜਿਹੜਾ ਉਹਨਾਂ ਨੇ ਕੀਤਾ ਸੀ ਪੁਲਰ ਨੇ ਤਾਂ ਵੀ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਉਹਨਾਂ ਨੇ ਰਾਜਤਾਨੀ ਵਿੱਚ ਹਜ਼ਾਰਾਂ ਸਿੱਖਾਂ ਦੀ ਮੌਤ ਦਾ ਹਵਾਲਾ ਦਿੱਤਾ ਹੈ ਕੀ ਕਹੋਗੇ ਇਸ ਬਾਰੇ ਸੁਪਰੀਤ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਾਂਗਾ ਕਿ ਜਿਹੜੀ ਅਦਾਲਤ ਨੇ ਜੱਜ ਸਾਹਿਬਾਨ ਨੇ ਜਿਹੜਾ ਫੈਸਲਾ ਸੁਣਾਇਆ ਉਸਤੇ ਅਸੀਂ ਕੋਈ ਕਿੰਤੂ ਪ੍ਰਤੂ ਨਹੀਂ ਕਰ ਸਕਦੇ ਹਾਂ ਜਿਹੜੇ ਪੰਥਕ ਨੇਤਾ ਨੇ ਜਿਹੜੇ ਉਹ ਆਪਣੇ ਤੌਰ ਤੇ ਇਹ ਗੱਲਬਾਤ ਕਰ ਰਹੇ ਨੇ ਉਹ ਵੱਖ-ਵੱਖ ਜਿਹੜੀਆਂ ਘਟਨਾਵਾਂ ਹੋਈਆਂ ਨੇ ਦੇਸ਼ ਦੇ ਵਿੱਚ ਵੱਖ-ਵੱਖ ਸਮੇਂ ਤੇ ਉਹਨਾਂ ਦਾ ਹਵਾਲਾ ਜ਼ਰੂਰ ਦੇ ਰਹੇ ਨੇ ਹਾਂ ਕਿਸੇ ਨਾ ਕਿਸੇ ਤੌਰ ਤੇ ਜੇ ਨਿਰਪੱਖ ਤੌਰ ਤੇ ਇਹਨਾਂ ਘਟਨਾਵਾਂ ਦਾ ਨਿਰੀਖਣ ਕੀਤਾ ਜਾਵੇ ਉਹਨਾਂ ਨੂੰ ਬਾਚਿਆ ਜਾਵੇ ਤਾਂ ਇਹੋ ਗੱਲ ਸਾਹਮਣੇ ਆਉਂਦੀ ਹੈ ਕਿਤੇ ਨਾ ਕਿਤੇ ਫਰਕ ਤਾਂ ਜ਼ਰੂਰ ਨਜ਼ਰ ਆਉਂਦਾ ਹੈ हां ਆਉਂਦੇ ਕੁਝ ਦਿਨਾਂ ਦੇ ਵਿੱਚ ਇਹ ਜਿਹੜੇ ਤੱਥ ਨੇ ਸਾਰੇ ਸਾਹਮਣੇ ਨਜ਼ਰ ਆਣਗੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ 1995 'ਚ ਜਰਮਨੀ ਸਰਕਾਰ ਨੇ ਭਾਰਤ ਦੇ ਹਵਾਲੇ ਕੀਤਾ ਸੀ ਇੱਕ ਸੰਧੀ ਹੋਈ ਹੈ ਭਾਰਤ ਤੇ ਜਰਮਨੀ ਦੇ ਦਰਮਿਆਨ ਕਿ ਇੱਕ ਦੂਜੇ ਦੇ ਜਿਹੜੇ ਅਪਰਾਧੀ ਨੇ ਮੁਲਕਾਂ ਦੇ ਉਹ ਇੱਕ ਦੂਜੇ ਦੇਸ਼ ਨੂੰ ਜੇ ਸੌਪੇ ਜਾਣਗੇ ਤਾਂ ਜੇ ਉਹਨਾਂ ਦੇ ਉੱਤੇ ਕੋਈ ਕਤਲ ਵਰਗੇ ਮੁਕੱਦਮੇ ਦਰਜ ਨੇ ਤਾਂ ਉਹਨਾਂ ਦੇ ਤਹਿਤ ਉਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਏਗੀ ਉਸ ਸੰਧੀ ਦੇ ਤਹਿਤ ਜਰਮਨੀ ਸਰਕਾਰ ਨੇ ਭਾਰਤ ਦੇ ਹਵਾਲੇ ਕੀਤਾ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਉਸ ਦੇ ਸਬੰਧ ਦੇ ਵਿੱਚ ਜਰਮਨ ਸਰਕਾਰ ਜਰਮਨ ਦੇ ਜਿਹੜੇ ਚਾਂਸਲਰ ਸਨ ਉਸ ਵੇਲੇ ਦੇ ਉਹਨਾਂ ਨੇ ਮੈਂ ਤੁਹਾਨੂੰ ਦੱਸਾਂ ਕਿ ਮਈ ਦੇ ਵਿੱਚ ਪਿਛਲੀ 2011 ਮਈ ਦੇ ਵਿੱਚ ਪ੍ਰਤਿਭਾ ਦੇਵੀ ਸਿੰਘ ਪਟਲ ਉਸ ਵੇਲੇ ਦੇ ਜਿਹੜੇ ਰਾਸ਼ਟਰਪਤੀ ਸਨ ਭਾਰਤ ਸਰਕਾਰ ਦੇ ਭਾਰਤ ਦੇ ਉਹਨਾਂ ਨੇ ਫਾਂਸੀ ਦੀ ਸਜ਼ਾ ਨੂੰ ਮਾਫ ਕਰਨ ਲਈ ਜਿਹੜੀ ਪੋਲਰ ਵੱਲੋਂ ਰਹਿਮ ਦੀ ਅਪੀਲ ਪਾਈ ਗਈ ਸੀ ਉਸ ਨੂੰ ਖਾਰਜ ਕੀਤਾ ਸੀ ਉਸ ਅਪੀਲ ਨੂੰ ਖਾਰਜ ਕੀਤਾ ਸੀ ਉਸ ਦੇ ਤੁਰੰਤ ਬਾਅਦ ਜਿਹੜੇ ਜਰਮਨੀ ਦੇ ਚਾਂਸਲਰ ਸਨ ਉਹਨਾਂ ਨੇ ਅਪੀਲ ਕੀਤੀ ਸੀ ਭਾਰਤ ਸਰਕਾਰ ਨੂੰ ਕਿ ਪੋਲਰ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਹੁਣ ਭਾਰਤ ਸਰਕਾਰ ਤੇ ਉਸ ਜਰਮਨ ਦੇ ਚਾਂਸਲਰ ਦੇ ਅਪੀਲ ਦਾ ਕੀ ਅਸਰ ਹੋਇਆ ਕੀ ਨਹੀਂ ਹੋਇਆ ਉਹ ਸਭ ਦੇ ਸਾਹਮਣੇ ਹੈ ਕਿ ਪ੍ਰੋਫੈਸਰ ਪੋਲਰ ਨੂੰ ਦੁਬਾਰਾ ਅਪੀਲ ਪਾਉਣੀ ਪਈ ਰਿਵਿਊ ਪਟੀਸ਼ਨ ਪਾਈ ਸੀ 2002 ਚ ਰਿਵਿਊ ਪਟੀਸ਼ਨ ਚ ਤਿੰਨ ਜੱਜਾਂ ਦੇ ਬੈਂਚ ਨੇ ਹੁਕਮ ਸੁਣਾਇਆ ਸੀ 2 1 ਦੇ ਆਧਾਰ ਤੇ ਉਹ ਤਿੰਨ ਜੱਜਾਂ ਦਾ ਬੈਂਚ ਸੀ 2 ਜੱਜਾਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਫੈਸਲਾ ਸੁਣਾਇਆ ਸੀ ਇੱਕ ਜੱਜ ਨੇ ਕਿਹਾ ਸੀ ਕਿ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਪ੍ਰੋਫੈਸਰ ਭੁੱਲਰ ਨੂੰ ਐਸੀ ਤਰ੍ਹਾਂ 27 ਦਸੰਬਰ 2006 ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਜ ਕੀਤੀ ਸੀ ਜਿਹੜੀ ਰਿਵਿਊ ਪਟੀਸ਼ਨ ਦੀ ਇੱਕ ਹੋਰ ਰਿਵਿਊ ਪਟੀਸ਼ਨ ਪਾਈ ਗਈ ਸੀ ਭੁੱਲਰ ਵੱਲੋਂ ਉਹ ਖਾਰਜ ਕੀਤੀ ਸੀ ਇਹ ਸਾਰੇ ਘਟਨਾਕਰਮ ਨੂੰ ਜੇ ਦੇਖਿਆ ਜਾਵੇ ਪ੍ਰੋਫੈਸਰ ਭੂਲਰ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਸ ਨੂੰ ਬਰਕਰਾਰ ਰੱਖਿਆ ਗਿਆ ਤੇ ਉਸ ਦੇ ਪਰਿਵਾਰ ਵੱਲੋਂ ਵੀ ਇਹ ਦੋਸ਼ ਲਾਏ ਜਾਂਦੇ ਰਹੇ ਨੇ ਕਿ ਕਾਨੂੰਨ ਸਾਡੇ ਨਾਲ ਕਿਤੇ ਨਾ ਕਿਤੇ ਪੱਖਪਾਤ ਕਰਦਾ ਹੈ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਪੰਜਾਬ ਦੇ ਹੋਰ ਭਾਰਤ ਦੇ ਜਿਹੜੇ ਵਸਿੰਦੇ ਨੇ ਉਹਨਾਂ ਦੇ ਨਾਲ ਕਾਨੂੰਨ ਕਿਸ ਤਰ੍ਹਾਂ ਵਿਹਾਰ ਕਰਦਾ ਜੀ ਸੁਪਰੀਤ ਜਿਹੜੇ ਪ੍ਰੋਫੈਸਰ ਦਪਿੰਦਰਪਾਲ ਸਿੰਘ ਭੂਲਰ ਦੇ ਪਿਤਾ ਪਿਤਾ ਸਨ ਉਹਨਾਂ ਨੂੰ ਮਾਰਕ ਪਾਉਣ ਦਾ ਦੋਸ਼ ਲੱਗਿਆ ਸੀ ਕਥਤੀ ਤੌਰ ਤੇ ਦੋਸ਼ ਲੱਗਿਆ ਸੀ ਸੁਮੇਧ ਸੈਣੀ ਜੋ ਇਸ ਵੇਲੇ ਪੰਜਾਬ ਦੇ ਡੀਜੀਪੀ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਉਹਨਾਂ ਦੀ ਮਾਤਾ ਉਹਨਾਂ ਦੀ ਪਤਨੀ ਵੱਲੋਂ ਇਹ ਦੋਸ਼ ਲਾਏ ਗਏ ਸਨ ਕਿ ਸੁਮੇਧ ਸਿੰਘ ਸੈਣੀ ਦੀ ਜਿਹੜੀ ਅਗਵਾਈ ਚ ਪੁਲਿਸ ਟੀਮ ਨੇ ਉਹਨਾਂ ਦੇ ਪਿਤਾ ਨੂੰ ਉਹਨਾਂ ਦੇ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਮਾਰਕ ਪਾ ਦਿੱਤਾ ਗਿਆ ਸੀ ਪਰ ਉਹ ਕੇਸ ਦੇ ਵਿੱਚ ਉਹੀ ਕਾਨੂੰਨ ਹੈ ਉਹਨਾਂ ਤੇ ਵੀ ਲਾਗੂ ਹੋਣਾ ਚਾਹੀਦਾ ਹੈ ਉਹ ਕੇਸ ਦੇ ਵਿੱਚ ਕੋਈ ਫੈਸਲਾ ਨਹੀਂ ਆਇਆ ਤੇ ਜਿਹੜੀ ਉਹਨਾਂ ਨੇ ਸ਼ਿਕਾਇਤ ਕੀਤੀ ਗਈ ਸੀ ਉਸ ਦਾ ਨਿਪਟਾਰਾ ਕਰ ਦਿੱਤਾ ਗਿਆ ਤੇ ਉਸ ਦਾ ਕਲੀਨ ਚਿੱਟ ਦੇ ਦਿੱਤੀ ਗਈ ਸੀ ਸੁਮੇਸ਼ ਸਿੰਘ ਸੈਣੀ ਨੂੰ ਦੂਜੇ ਪਾਸੇ ਉਹੀ ਦੇਸ਼ ਦੇ ਕਾਨੂੰਨ ਦੇ ਵਿੱਚ ਉਸ ਨੂੰ ਦਵਿੰਦਰਪਾਲ ਸਿੰਘ ਭੋਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਉਸ ਦੀ ਰਹਿਮ ਦੀ ਅਪੀਲ ਤੇ ਕੋਈ ਚੰਗੀ ਤਰ੍ਹਾਂ ਵਿਚਾਰ ਨਹੀਂ ਕੀਤਾ ਗਿਆ ਅਸੀਂ ਮਤਲਬ ਇਹ ਕਹਾਂਗੇ ਕਿ ਕਿਤੇ ਨਾ ਕਿਤੇ ਇਸ ਨੂੰ ਜ਼ਰੂਰ ਮਤਲਬ ਜਿਹੜੇ ਪੰਥਕ ਆਗੂ ਨੇ ਉਸ ਨਜ਼ਰ ਨਾਲ ਦੇਖ ਰਹੇ ਨੇ ਹੋ ਸਕਦਾ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਮੈਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਤੁਹਾਨੂੰ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਹੈ ਅਕਾਲੀ ਦਲ ਬਾਦਲ ਦੇ ਲਈ ਉਹ ਅਕਾਲ ਤਖਤ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਵਤਾਰ ਸਿੰਘ ਮੱਕੜ ਇਹ ਸੰਕੇਤ ਦੇ ਚੁੱਕੇ ਨੇ ਖੁੱਲੇ ਰੂਪ ਚ ਕਹਿ ਚੁੱਕੇ ਨੇ ਕਿ ਜਿਵੇਂ ਬਲਵੰਤ ਸਿੰਘ ਰਾਜਵਾਨ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਬਾਦਲ ਅਤੇ ਹੋਰ ਸਿੱਖ ਜਥੇਬੰਦੀਆਂ ਖੁੱਲ ਕੇ ਸਾਹਮਣੇ ਆਈਆਂ ਸਨ ਬਿਆਨਾਂ ਅਖਬਾਰੀ ਬਿਆਨਾਂ ਦੇ ਜ਼ਰੀਏ ਜਾਂ ਮੀਡੀਆ ਦੇ ਸਾਹਮਣੇ ਉਸ ਤਰ੍ਹਾਂ ਹੁਣ ਇੱਕ ਦੋ ਦਿਨਾਂ ਦੇ ਵਿੱਚ ਇਹ ਮਾਹੌਲ ਬਿਲਕੁਲ ਉਸ ਤਰ੍ਹਾਂ ਦਾ ਹੋ ਜਾਏਗਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਦਾ ਜਿਹੜਾ ਪਿੰਡ ਆ ਦਿਆਲਪੁਰਾ ਭਾਈਕਾ ਮਾਲਵੇ ਦੇ ਵਿੱਚ ਕਾਫੀ ਵੱਡਾ ਪਿੰਡ ਹੈ ਤੇ ਉੱਥੇ ਦਾ ਜਿਹੜਾ ਮਾਹੌਲ ਹੈ ਤੁਸੀਂ ਦੱਸ ਚੁੱਕੇ ਹੋ ਪਹਿਲਾਂ ਹੀ ਕਾਫੀ ਗਰਮਕੀਨ ਮਾਹੌਲ ਹੈ ਲੋਕਾਂ 'ਚ ਰੋਸ ਦੀ ਲਹਿਰ ਹੈ ਤੇ ਉਹ ਰੋਸ ਲਹਿਰ ਦਿਆਲਪੁਰਾ ਭਾਈਕਾ ਤੋਂ ਪੂਰੇ ਪੰਜਾਬ 'ਚ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਮੈਂ ਕਹਿੰਦਾ 2 ਦਿਨਾਂ ਦੇ ਵਿੱਚ ਹੌਲੀ-ਹੌਲੀ ਫੈਲਣੀ ਸ਼ੁਰੂ ਹੋ ਜਾਏਗੀ ਜੀ ਸੁਰੇਂਦਰ ਬਹੁਤ-ਬਹੁਤ ਧੰਨਵਾਦ ਹੈ ਇਸ ਪੂਰੀ ਜਾਣਕਾਰੀ ਲਈ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ मिलेंगे फेसबुक पे, अस् दिखा यूट्यूब पे, सानू फॉलो करो ट्विटर पे, खबर जुड़े रहो दिन रात